ਉਹਨੇ ਹਿਬਰੂ ਪੇਪਰ ਹੋ ਜਿੰਨਾ ਇਬਰਾਰ ਕਾਜ਼ੀ ਜੋ ਜੇ ਸਿੱਧੀ ਐਨਾਲਿਸਿਸ ਤੇ ਕਿਤੇ ਕਿਤੇ ਅਸਰ ਪਾਉਂਦੋ ਇੰਟਰਨੈਸ਼ਨਲ ਆਡੀਅੰਸ ਨਾਲ ਲਿਖਿਓ ਸਿੱਧ ਤੇ ਕੀ ਅਸਰ ਪਾਉਂਦੋ ਕਿਤੇ ਇਨਵਾਇਰਮੈਂਟ ਨੂੰ ਨੁਕਸਾਨ ਪਾਉਂਦੋ ਕਿਤੇ ਫਿਸ਼ਰੀਜ਼ ਤੇ ਨੁਕਸਾਨ ਪਾਉਂਦੋ ਕਿਤੇ ਹੈਬਿਟੈਟ ਤੇ ਬਰਡਸ ਪਾਪੂਲੇਸ਼ਨ ਦੇ ਸਿੱਧੀ ਨਹੀਂ ਐਨਾਲਿਸਿਸ ਵੀ ਉਸ ਇਬਰਾਹਿਮ ਜੋ ਜੋ ਆਡੀਅੰਸ ਉਹਨੇ ਸਿੱਧੀ ਬਾਕਾ ਦੇ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਜੀ ਜੋ 750 ਸਿੱਧ ਦੇ ਮੋਬਾਈਲ ਗਰੁੱਪ ਦੀ ਪਾਸ ਸਾਈ ਸਿੱਧੀ ਪਾਵਰ ਕੇ ਸ਼ਾਕਾ ਦੇ ਰਨ ਕੇ ਲਾਸਟ ਨੂੰ ਮੋਬਾਈਲ ਮੋਕਲੋ ਉਹਨਾਂ ਨੇ ਤਾਂ ਜੋ ਪਾਸ ਸਾਂਗੇ ਓਰੀਜਨਲ ਮੋਕਲੋ ਤਾਂ ਕੰਨੀ ਰਮਾਈ ਸਾਹਿਬ ਜੀ ਕੋ ਆਇਸੋ ਪੰਜੋ ਨੇ ਕਾਪੀ ਕਰੇ ਅਸਾਂ ਉਹਨੇ ਜੀ ਸਮਝ ਕੇ ਇਨਸ਼ਾਰ ਸਾਂ ਕਰ ਦੇ ਤਾਂ ਉਹਨੇ ਜੇ ਕਮਿਟਮੈਂਟ ਹੈ ਸਪੋਰਟ ਸਾਂ ਕਰ ਹਰ ਡੈਲੀਗੇਟ ਕੇ ਉਹਨੇ ਜੋ ਪਰਫੈਕਟ ਪਹੁੰਚਾਇਆ ਸੋ ਯੂ ਕਾਂਟ ਗੈਟ ਵਿਊਅਰਸ ਯੂ ਆਰ ਦ ਮਾ ਕੇ ਇੱਕ ਰੈਂਟ ਤੇ ਪੁਜਾਇਆ ਵਰਲਡ ਬੈਂਕ ਆ ਵਧੀਕ ਏਸ਼ੀਅਨ ਡਿਵੈਲਪਮੈਂਟ ਬੈਂਕ ਬੈਂਕ ਆਏ ਸਾਹ ਨਵੇਂ ਥੋੜ੍ਹੀ ਐਕਟਰ ਮੋਟੀ ਵਧੀਕ ਵੀ ਦਿਖਾ ਰਹੇ ਜਿਹੜੇ ਜਗ੍ਹਾ ਪਾਕਿਸਤਾਨ ਕੋਲ ਰੇਸ਼ਨ ਵੀ ਦੇ ਏਸ਼ੀਅਨ ਬੈਂਕ ਅਨਫੋਰਚੂਨੇਟਲੀ ਮਾਰ ਕੇ ਤਾਂ ਇਹਨੇ ਦਿਸ ਤੇ ਅਸਾਂ ਨੇ ਏਸ਼ੀਅਨ ਬੈਂਕ ਇਹਨਾਂ ਟਾਰਗੇਟ ਨਾ ਕਰੇ ਵਾਲੇ ਬਾਰ ਵਰਲਡ ਬੈਂਕ ਨੇ ਕਾਫੀ ਅਸਾਂ ਜਾ ਅਹਿਮ ਪੋਚੀ ਰਹੇ ਨੇ ਪਠਾਨ ਲਾ ਵੀ ਮੁਕੇ ਤਮਾਮ ਸਟਰੋਂਗ ਹੈ ਪਰ ਏਸ਼ੀਅਨ ਬੈਂਕ ਦੀ ਬਸ ਉਹਨੇ ਕੀ ਅਸਾਂ ਨਾ ਕਰੇ ਵਾਲੇ ਬਿਓ ਪ੍ਰਮਾਣ ਤੋਂ ਉਸ ਤਾਂ ਕੇ ਲੋਕ ਆਪਣੇ ਕੇ ਦਵਾਰ ਪੂਰਾ ਵੀ ਖਾਣ ਪਈ ਅਸਾਂ ਵਟ ਟੋਟਲ 650 ਮੈਂਬਰ ਰੋਲ ਤੇ ਹੈ ਉਹਨੇ ਮਾ ਸਿਰਫ 162 ਪੇਡ ਮੈਂਬਰ ਹਨ ਹਨ ਤਾਂ ਹੀ ਨਸਾਲ ਹੈ ਅਸਾਂ ਜੀ ਕਨਸਟੀਟਿਊਸ਼ਨ ਵਿੱਚ 33% ਆਫ ਪੇਡ ਮੈਂਬਰਸ ਜੋ ਪੂਰਾ ਹੋਣ ਕਰ ਉਹਨੇ ਤਾਂ 162 ਮਾ ਮਾ 54 ਮੈਂਬਰ ਜੋ ਪ੍ਰੈਜ਼ੈਂਸ ਕੋਰਮ ਦਾ ਜ਼ਰੂਰੀ ਹੈ ਨਹੀਂ ਅਸਾਂ ਵਟ 42 ਮੈਂਬਰ ਪੇਡ ਉਹਦਾ ਹੈ ਘਰਾ ਮਾ ਜੇ ਕਮਾ ਸਭਨੀ ਗਾਇਕ ਕਾ ਪਕੀ ਆਏ ਹੋਏ 42 ਮੈਂਬਰ ਪੇਡ ਤੱਕ ਹੈ ਜਿਗਰੇ ਸਾਈਂ 12 ਮੈਂਬਰ ਅਹਿਮ ਸਭ ਪਹਿਰ ਬਿਠਾਉਣ ਮੱਥੇ ਜੇਕਰ ਹੀ ਭਾਈ ਅਸੀਂ ਥੋੜ੍ਹੀ ਮਿਹਨਤ ਕਰੇ ਮੈਂਬਰਾਂ ਕੇ ਵਠੀ ਅਚੂ ਤਾਂ ਉਹ ਕੋਰਮ ਥੀਂਦੋ ਕਾਫੀ ਡਿਸੀਜਨ ਨੂੰ ਰੈਜ਼ੋਲੂਸ਼ਨ ਪਾਸ ਕਰ ਸਕਦੇ ਹਾਂ ਇਸ ਸਿਸਟਮ ਵਿੱਚ ਥੋੜ੍ਹੀ ਦੇਰ ਮੈਂ ਬਾਣੇ ਪਾਏ ਕੁਝ ਦੋਸਤ ਵਾਲੇ